ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹੈੱਡ ਦਫ਼ਤਰ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਪੌਂਦੜ, ਜਥੇਦਾਰ ਤੋਤਾ ਸਿੰਘ ਤੇ ਸੇਵਾ ਸਿੰਘ ਸੇਖਵਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿੱਥੇ ਉਹਨਾਂ ਆਖਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਧੋਖਾ ਹੈ। ਉਹਨਾਂ ਕਿਹਾ ਕਿ ਹੁਣ ਕਾਂਗਰਸ ਪਾਰਟੀ ਪੰਥਕ ਪਾਰਟੀ ਵਜੋਂ ਉੱਭਰਨਾ ਚਾਹੁੰਦੀ ਹੈ ਅਤੇ ਹਮੇਸ਼ਾ ਦੀ ਤਰ੍ਹਾਂ ਕਾਂਗਰਸ ਦਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਇਸ ਮੌਕੇ ਅਕਾਲੀ ਦਲ ਦੇ ਲੀਡਰਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਬਾਰੇ ਕੈਪਟਨ ਦੀ ਬਿਆਨਬਾਜ਼ੀ ਦੀ ਵੀ ਰੱਜ ਕੇ ਮੰਦਭਾਗਾ ਦੱਸਿਆ ਗਿਆ। ਉਸ ਨੂੰ ਤੇ ਕਿਹਾ ਗਿਆ ਕਿ ਸਪੀਕਰ ਨੇ ਬਹਿਸ ਦੌਰਾਨ ਅਕਾਲੀ ਦਲ ਦੇ ਨਾਲ ਧੋਖਾ ਕੀਤਾ ਹੈ। ਇਹ ਸੱਚ ਸੱਚੀ ਸਟੋਰੀ ਹੈ ਤੇ ਮਾਂ ਪਿਓ ਨੇ ਉਹਨੂੰ, ਅਸੀਂ ਪ੍ਰੋਗਰਾਮ ਕਰ ਰਹੇ ਹਾਂ। ਔਰ ਇਹਦੇ ਤੋਂ ਇਲਾਵਾ ਸਾਡਾ ਪ੍ਰੋਟੈਸਟ ਇਹ ਹੈ ਕਿ ਮਿਸਯੂਜ਼ ਕਰਕੇ ਇਸ ਰਿਪੋਰਟ ਨੂੰ ਅਸੈਂਬਲੀ ਵਿੱਚ ਲਿਆ ਕੇ ਸਾਡੀ ਪਾਰਟੀ ਨੂੰ ਬਦਨਾਮ ਕਰਨ ਲਈ ਸਾਰਾ ਕੁਝ ਕੀਤਾ ਜਾ ਰਿਹਾ ਹੈ। ਸਾਰੇ ਪੰਜਾਬ ਦੇ ਵਿੱਚ ਬੜਾ ਤਕੜਾ ਭਾਈਚਾਰਾ ਕਾਇਮ ਹੈਗਾ ਔਰ ਕਾਇਮ ਰਹੂਗਾ। ਚੱਲੀ ਹੋਣਾ ਇੱਕ ਕਾਂਗਰਸ ਦੇ ਵਿੱਚ ਕਾਂਗਰਸੀ ਹਲਕਿਆਂ 'ਤੇ ਚਰਚਾ ਹੈਗੀ, ਕਹਿੰਦੇ ਵੀ ਅਕਾਲੀ ਦਲ ਚਾਹੁੰਦਾ ਨਹੀਂ ਆ ਕਿ ਸੀ ਬੀ ਆਈ ਤੋਂ ਇਨਕੁਆਇਰੀ ਵਾਪਸ ਆਏ, ਕਿਉਂਕਿ ਸੈਂਟਰ 'ਚ ਤਾਂ ਫਿਰ ਵੀ ਅਕਾਲੀਆਂ ਦਾ ਹੱਥ ਪੈਂਦਾ, ਉਹ ਚਾਹੁੰਦਾ ਨਹੀਂ ਵੀ ਪੰਜਾਬ ਪੁਲਿਸ ਤੋਂ ਵਾਪਸ ਅਕਾਲੀਆਂ ਕਿਉਂ ਚਾਹੁੰਦਾ, ਉਹਨਾਂ ਨੇ ਕਿਹਨੇ ਭਜਵਾਈ ਹੈ, ਇਹਨਾਂ ਨੇ ਭਜਵਾਈ ਹੈ ਕਹਿ ਕੇ ਅਸੀਂ ਤਾਂ ਕਰਵਾਈ ਨਹੀਂ, ਅਸੀਂ ਤਾਂ ਕਰਵਾਈ ਸਾਡੇ ਨਾਲ ਤਾਂ ਪਹਿਲਾਂ। ਫਿਰ ਰਣਜੀਤ ਸਿੰਘ ਨੇ ਵੀ ਇਹੀ ਕਿਹਾ ਵੀ ਉਹਨੂੰ ਸੀ ਬੀ ਆਈ ਤੋਂ ਕਰਾਓ। ਸਾਡੇ ਨਾਲ ਨੇ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਪੌਂਦੜ, ਉਹਨਾਂ ਨਾਲ ਗੱਲਬਾਤ। ਪੌਂਦੜ ਸਾਹਿਬ, ਜੋ ਬਿਆਨਬਾਜ਼ੀ ਹੋਈ ਹੈ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਵਿਰੁੱਧ, ਪ੍ਰਕਾਸ਼ ਸਿੰਘ ਬਾਦਲ ਜੀ ਵਿਰੁੱਧ ਜੋ ਸ਼ਬਦ ਵਰਤੇ ਗਏ ਨੇ, ਉਹਦੇ ਬਾਰੇ ਕੀ ਕਹੋਗੇ? ਬਹੁਤ ਸ਼ਰਮਨਾਕ ਹੈ ਜੀ, ਕਿੱਡੇ ਬਜ਼ੁਰਗ ਨੂੰ ਜਿਹਨੇ ਸਾਰੀ ਜ਼ਿੰਦਗੀ ਪੰਜਾਬ ਦੇ ਭਲੇ ਵਾਸਤੇ, ਦੇਸ਼ ਦੇ ਭਲੇ ਵਾਸਤੇ ਲੜਾਈਆਂ ਲੜੀਆਂ, ਉਹਨੂੰ ਇਹ ਲਫ਼ਜ਼ ਵਰਤਣੇ, ਜਿਨ੍ਹਾਂ ਨੇ ਵਰਤੇ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ। ਪਰ ਅਕਾਲੀ ਦਲ ਨੇ ਬਹਿਸ 'ਚ ਭਾਗ ਨਹੀਂ ਲਿਆ, ਐਡੀ ਅਹਿਮ ਬਹਿਸ ਸੀਗੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ, ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਗਿਆ ਵਿਰੋਧੀ ਧਿਰ ਅਤੇ ਸਰਕਾਰ ਵੱਲੋਂ? ਧੋਖਾ ਕੀਤਾ ਉਹਨਾਂ ਨੇ, ਪਹਿਲਾਂ 2 ਘੰਟੇ ਰੱਖ ਕੇ ਸਾਨੂੰ 15 ਮਿੰਟ ਦੇ, 14 ਮਿੰਟ ਦਿੱਤੇ, ਫਿਰ ਮੁੜ ਕੇ ਬਾਅਦ ਜਦੋਂ ਅਸੀਂ ਕਿਹਾ ਵੀ 14 ਮਿੰਟ ਥੋੜ੍ਹੇ ਨੇ, ਸਾਨੂੰ ਬੋਲਣ ਦਾ ਟਾਈਮ ਨਹੀਂ ਦਿੰਦੇ, ਵਾਪਸ ਮਗਰੋਂ ਵਧਾਈਏ, ਇਕੱਲੇ ਦੇਖ ਕੇ ਧੋਖਾ ਕੀਤਾ ਸਾਡਾ। ਜੇ ਪਹਿਲਾਂ ਕਹਿੰਦੇ ਕਿ ਇੰਨੇ ਘੰਟੇ ਨੇ, ਸਾਨੂੰ ਪਹਿਲਾਂ ਘੰਟਾ ਦਿੰਦੇ ਬੋਲਣ, ਅਸੀਂ ਆਪਦੀ ਗੱਲ ਸਾਰੀ ਕਹਿ ਲੈਂਦੇ, ਮੁੜ ਕੇ ਗਲਤ ਕਹਿੰਦੇ, ਅਸੀਂ ਫਿਰ ਉੱਠ ਕੇ ਕਹਿ ਲੈਂਦੇ, ਧੋਖਾ ਕੀਤਾ। ਪਰ ਕਾਂਗਰਸ ਅਤੇ ਜਿਹੜੀ ਆਮ ਆਦਮੀ ਪਾਰਟੀ, ਉਹਨਾਂ ਵੱਲ ਵਿਧਾਨ ਸਭਾ 'ਚ ਇਲਜ਼ਾਮ ਲਗਾਇਆ ਗਿਆ ਕਿ ਅਕਾਲੀ ਦਲ ਝੂਠਾ ਸੀ, ਤਾਂ ਹੀ ਉਹਨਾਂ ਨੇ ਬਹਿਸ 'ਚੋਂ ਹਿੱਸਾ ਨਹੀਂ ਲਿਆ, ਤਾਂ ਹੀ ਭੱਜ ਗਏ। ਉਹ ਤਾਂ ਬਹੁਤ ਕੁਛ ਆਖਣਗੇ, ਉਹ ਆਪਦੀਆਂ ਗੱਲਾਂ ਆਪ ਹੀ ਦੱਸਦੇ ਹੋਣੇ, ਇੱਕ ਦੂਜੇ 'ਤੇ ਕੀ ਦੋਸ਼ ਲਾਈ ਜਾ ਰਹੇ ਨੇ, ਉਹ ਤਾਂ ਆਪ ਹੀ ਦੱਸਣੋ। ਲੋਕਾਂ ਦੀ ਕਚਹਿਰੀ 'ਚ ਕਦੇ ਵੈਬਸਾਈਟਾਂ ਪਾਉਂਦੇ ਸੀ, ਕਦੇ ਕਹਿੰਦੇ ਸੀ ਲੋਕਾਂ ਨੂੰ ਪੁੱਛਾਂਗੇ, ਹੁਣ ਆਪ ਦੇਖ ਲੈਣੇ ਇੱਕ ਦੂਜੇ ਨੂੰ ਕੀ ਕਹੀ ਜਾਂਦੇ ਨੇ, ਮੈਂ ਕੀ ਕਹਾਂ, ਅਸੀਂ ਉਹਨਾਂ ਵਾਲੀਆਂ ਬੋਲੀਆਂ ਬੋਲ ਨਹੀਂ ਸਕਦੇ। ਹੁਣ ਅਕਾਲੀ ਦਲ ਦੀ ਡਿਮਾਂਡ ਕੀ ਹੈ ਕਿ ਸੀ ਬੀ ਆਈ ਦੀ ਜਾਂਚ ਕਰਵਾਈ ਜਾਵੇ ਜਾਂ ਐਸ ਆਈ ਟੀ ਜਿਹੜੀ ਪੰਜਾਬ ਸਰਕਾਰ ਬਣਾਉਣ ਜਾ ਰਹੀ ਹੈ? ਅਸੀਂ ਕਹਿ ਰਹੇ ਹਾਂ ਕਿ ਝੂਠ ਦੇ ਪਲਦੇ ਨਾਲ ਪੰਜਾਬ ਦੀ ਅਮਨ ਨੂੰ ਅੱਗ ਨਾ ਲਾਓ, ਸਹੀ ਦੋਸ਼ੀ ਫੜੇ ਜਾਣ ਤਾਂ ਕਿ ਮੁੜ ਕੇ ਕੋਈ ਬਿਦਵੀ ਨਾ ਕਰੇ। ਸਾਨੂੰ ਇਹਨਾਂ ਨਾਲ 1000 ਗੁਣਾ ਵੱਡਾ ਦੁੱਖਾ ਸੀ ਕਿ ਨਾ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਥੱਲੇ ਇਨਕੁਆਇਰੀ ਕਰਾ ਲਓ, ਸੀ ਬੀ ਆਈ ਤੋਂ, ਦੇਸ਼ ਦੀ ਵੱਡੀ ਏਜੰਸੀ ਹੈ। ਇਹ ਸਨ ਬਲਵਿੰਦਰ ਸਿੰਘ ਪੌਂਦੜ, ਜਿਨ੍ਹਾਂ ਆਖਿਆ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸੀ ਬੀ ਆਈ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਬੈਬਲ ਕਲਾ ਗੋਲੀ ਕਾਂਡ ਅਤੇ ਬੇਅਦਬੀ ਮਾਮਲਿਆਂ ਦੀ, ਤਾਂ ਹੀ ਸੱਚ ਸਾਹਮਣੇ ਆਏਗਾ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਪੰਜਾਬ ਸਰਕਾਰ ਦੀ ਐਸ ਆਈ ਟੀ ਦਾ ਅੱਜ ਵੀ ਅਕਾਲੀ ਦਲ ਵਿਰੋਧ ਕਰਦਾ ਅਤੇ ਪਹਿਲਾਂ ਵੀ ਕਰਦਾ ਸੀ। ਕੈਮਰਾਮੈਨ ਬੰਤੇਸ਼ ਦੇ ਨਾਲ ਅਰਸ਼ਦੀਪ ਸਿੰਘ, ਸਾਂਝਾ ਟੀ ਵੀ ਲਈ।